ਸਤਿ ਸ਼੍ਰੀ ਅਕਾਲ ਜੀ ਮੈਂ ਪਰਮਪ੍ਰੀਤ ਸਿੰਘ ਧਮਾਨ ਬਲੌਗ ਤੋਂ ਪੇਸ਼ ਹੋਇਆ ਇੱਕ ਨਵਾਂ ਬਲੌਗ ਲੈ ਕੇ ਅਤੇ ਅੱਜ ਦਾ ਬਲੌਗ ਮੇਰਾ ਥੋੜ੍ਹਾ ਇੰਟਰਸਟਿੰਗ ਹੈ ਅੱਜ ਦਾ ਬਲੌਗ ਹੈਗਾ ਮੇਰਾ ਪਿੰਡ ਦੀ ਆਟਾ ਚੱਕੀ ਬਾਰੇ ਜਿੱਥੇ ਪਿੰਡਾਂ ਦੇ ਵਿੱਚ ਲੋਕ ਆਪਣੀ ਕਣਕ ਨੂੰ ਪਿਸਾਉਂਦੇ ਨੇ ਉਹਨੂੰ ਆਟਾ ਬਣਵਾ ਕੇ ਲੈ ਕੇ ਜਾਂਦੇ ਨੇ ਅਤੇ ਉਹਦੇ ਬਾਰੇ ਮੈਂ ਤੁਹਾਨੂੰ ਸਾਰਾ ਕੁਝ ਦੱਸੂੰਗਾ ਕਿਉਂਕਿ ਅੱਜ ਇਹ ਆਟਾ ਚੱਕੀ ਹੈਗੀ ਹੈ ਮੇਰੇ ਤਾਇਆ ਜੀ ਦੀ ਸਾਡੇ ਪਿੰਡ ਦੇ ਵਿੱਚ ਹੀ ਆ ਔਰ ਮੈਂ ਤੁਹਾਨੂੰ ਲੈ ਕੇ ਚੱਲਦਾ ਉਹਨਾਂ ਕੋਲ ਅਤੇ ਆਪਾਂ ਦੇਖਦੇ ਹਾਂ ਸਾਰਾ ਪ੍ਰੋਸੈਸ ਕਿੱਦਾਂ ਕਿੱਦਾਂ ਕਣਕ ਤੋਂ ਲੈ ਕੇ ਲਾਸਟ ਵਿੱਚ ਜੋ ਆਟਾ ਬਣਦਾ ਉਹ ਕਿੱਦਾਂ ਬਣਦਾ ਸਾਰਾ ਪ੍ਰੋਸੈਸ ਤੁਹਾਨੂੰ ਦੱਸਾਂ ਵਿੱਚ ਆਟਾ ਚੱਕੀ ਇੱਕ ਮਤਲਬ ਇੰਨੀ ਵਿਸ਼ੇਸ਼ ਥਾਂ ਰੱਖਦੀ ਹੈ ਪਿੰਡਾਂ ਦੇ ਲੋਕਾਂ ਲਈ ਕਿਉਂਕਿ ਪਿੰਡਾਂ ਦੇ ਵਿੱਚ ਜੋ ਇਹ ਚੱਕੀ ਹੈ ਇਸ ਤੋਂ ਬਿਨਾਂ ਲੋਕਾਂ ਦਾ ਗੁਜ਼ਾਰਾ ਹੈ ਨਹੀਂ ਕਿਉਂਕਿ ਪਿੰਡਾਂ ਦੇ ਵਿੱਚ ਕੀ ਹੈ ਵੀ ਲੋਕਾਂ ਕੋਲ ਸਾਰੇ ਲੋਕਾਂ ਕੋਲ ਆਪਣੀ ਕਣਕ ਹੁੰਦੀ ਹੈ ਔਰ ਉਹ ਆਪਣੀ ਕਣਕ ਨੂੰ ਹੀ ਮਤਲਬ ਕਿ ਪਿਸਾ ਕੇ ਉਹਦਾ ਆਟਾ ਬਣਾਉਂਦੇ ਨੇ ਨਾ ਕਿ ਕੋਈ ਮੁੱਲ ਦੀ ਥੈਲੀ ਲੈ ਕੇ ਆਉਂਦਾ ਜਿੱਦਾਂ ਸ਼ਹਿਰਾਂ ਦੇ ਵਿੱਚ ਜ਼ਿਆਦਾਤਰ ਲੋਕ ਮਤਲਬ ਕਿ ਥੈਲੀਆਂ ਵਾਲਾ ਆਟਾ ਯੂਜ਼ ਕਰਦੇ ਨੇ ਬਟ ਪਿੰਡਾਂ ਦੇ ਵਿੱਚ ਇੱਦਾਂ ਨਹੀਂ ਹੁੰਦਾ ਪਿੰਡਾਂ ਦੇ ਵਿੱਚ ਹਰ ਘਰ ਦੇ ਵਿੱਚ ਕਣਕ ਹੁੰਦੀ ਹੈ ਕਣਕ ਨੂੰ ਪਿਸਾ ਕੇ ਉਹਦਾ ਆਟਾ ਤਿਆਰ ਕਰਵਾ ਕੇ ਫਿਰ ਉਹ ਆਪਣੇ ਘਰ ਲੈ ਕੇ ਆਉਂਦੇ ਨੇ ਅਤੇ ਉਹਦੀ ਰੋਟੀ ਖਾਂਦੇ ਹਾਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਆਪਾਂ ਸਿੱਧਾ ਹੀ ਚੱਲਦੇ ਹਾਂ ਚੱਕੀ 'ਤੇ ਤਾਇਆ ਜੀ ਨਾਲ ਮੇਰੀ ਗੱਲ ਹੋ ਗਈ ਸੀ ਅੱਜ ਤਾਇਆ ਜੀ ਨਹੀਂ ਚਲਾਉਣਗੇ ਚੱਕੀ ਉਹਨਾਂ ਦਾ ਮੁੰਡਾ ਚਲਾਏਗਾ ਜੀ ਆਪਾਂ ਚਲੋ ਮਿਲਦੇ ਹਾਂ ਜੀ ਆਪਾਂ ਆਟਾ ਚੱਕੀ ਇਹ ਹੈਗੀ ਹੈ ਜੀ ਚੱਕੀ ਹੈਗੀ ਆਪਣੇ ਤਾਇਆ ਜੀ ਦੀ ਅਤੇ ਹਾਂ ਮੇਰਾ ਕਜ਼ਨ ਤਾਇਆ ਜੀ ਦਾ ਮੁੰਡਾ ਸੋਨੂੰ ਇਹ ਚਲਾਊਗਾ ਜੀ ਚੱਕੀ ਤੁਹਾਨੂੰ ਦਿਖਾਉਂਦੇ ਹਾਂ ਸਾਰਾ ਪ੍ਰੋਸੈਸ ਕਿੱਦਾਂ ਕਿੱਦਾਂ ਹੁੰਦਾ ਕਿੱਦਾਂ ਕਿੱਦਾਂ ਨਹੀਂ ਤਾਂ ਜੀ ਸਟਾਰਟ ਹੋ ਗਿਆ ਚੱਕੀ ਵਾਲਾ ਕੰਮ ਇਹ ਜੀ ਮੇਰੀ ਆਵਾਜ਼ ਬਹੁਤ ਘੱਟ ਆਊਗੀ ਥੋੜ੍ਹੀ ਕਿਉਂਕਿ ਰੌਲਾ ਜ਼ਿਆਦਾ ਪੈ ਰਿਹਾ ਆਹ ਕਣਕ ਹੈ ਜੀ ਜਿੱਦਾਂ ਪਿੰਡਾਂ ਦੇ ਵਿੱਚ ਹੁਣ ਕਣਕ ਦੇ ਜਾਂਦੇ ਨੇ ਉਹ ਤੋਂ ਆਪਾਂ ਆਟਾ ਤਿਆਰ ਕਰਦੇ ਹਾਂ ਜੇ ਹੁਣ ਕਣਕ ਦੇ ਥੈਲੇ ਨੇ ਇਹ ਮਤਲਬ ਜਦੋਂ ਆਉਂਦੇ ਨੇ ਤਾਂ ਇਹਨਾਂ ਦਾ ਪ੍ਰੋਪਰ ਵੇਟ ਹੁੰਦਾ ਹੈ ਅਤੇ ਇਹਦੇ ਉੱਪਰ ਨਾਮ ਲਿਖੇ ਜਾਂਦੇ ਨੇ ਜਿਵੇਂ ਇੱਥੇ ਮੈਂ ਤੁਹਾਨੂੰ ਦਿਖਾਉਂਦਾ ਦੇਖੋ ਇਹ ਕਾਲਾ ਇਹਦੀ ਮੱਕੀ ਸੀਗੀ 23 ਕਿਲੋ ਆਹ ਦੇਖੋ ਜੀ ਇੱਕ ਦਾ ਨਾਮ ਆਹ ਲਿਖਿਆ ਹੋਇਆ ਇਹ ਮਤਲਬ ਪ੍ਰੋਪਰ ਰਿਕਾਰਡ ਰਹਿੰਦਾ ਜੀ ਕਿਹਦਾ ਕਿੰਨਾ ਕਣਕ ਸੀਗੀ ਉਹ ਤੋਂ ਬਾਅਦ ਫਿਰ ਉਨਾ ਹੀ ਆਟਾ ਉਹਨੂੰ ਦਿੱਤਾ ਜਾਂਦਾ ਉਹਦੇ ਜੋ ਚਾਰਜਸ ਹੁੰਦੇ ਨੇ ਉਹ ਲਏ ਜਾਂਦੇ ਨੇ ਨਾ ਉਹਨੂੰ ਚਲਾਊਗਾ ਚੱਕੀ ਅੱਜ ਕਿਉਂਕਿ ਤਾਇਆ ਜੀ ਦੇ ਪੈਰ 'ਤੇ ਥੋੜ੍ਹੀ ਸੱਟ ਲੱਗੀ ਹੋਈ ਆ ਤਾਂ ਕਰਕੇ ਉਹ ਨਹੀਂ ਚਲਾ ਸਕਦੇ ਤਾਂ ਸੋਨੂੰ ਉਹਨਾਂ ਦਾ ਮੁੰਡਾ ਉਹ ਚਲਾਊਗਾ ਇਹ ਚੱਕੀ ਇਹਦੀ ਇੱਕ ਖਾਸੀਅਤ ਤੁਸੀਂ ਦੇਖੋਗੇ ਇਹਦੀ ਇੱਕ ਬਾਂਹ ਕੱਟੀ ਹੋਈ ਹੈ ਜੀ ਅੱਜ ਤੋਂ ਕਾਫੀ ਸਾਲ ਪਹਿਲਾਂ ਕੱਟੀ ਗਈ ਸੀ ਤਕਰੀਬਨ ਮੈਨੂੰ ਲੱਗਦਾ ਹੋ ਗਏ ਹੋਣੇ ਨੇ ਅਰਾਊਂਡ 20 ਸਾਲ ਹੋ ਗਏ ਹੋਣੇ ਨੇ ਪਰ ਹਿੰਮਤ ਦੇਖੋ ਤੁਸੀਂ ਬੰਦੇ ਦੀ ਇੱਕ ਬਾਂਹ ਨਾਲ ਚੱਕੀ ਚਲਾ ਰਿਹਾ ਜੀ ਤੁਹਾਨੂੰ ਪਾਈ ਹੋਈ ਹੈ ਕਣਕ ਕਿੱਥੇ ਪਾਈ ਸੀ ਇੱਧਰ ਲਓ ਜੀ ਆਹ ਹੈਗੀ ਆ ਕਣਕ ਇੱਥੋਂ ਆਹ ਪ੍ਰੋਸੈਸ ਚੱਲਦਾ ਸਾਰਾ ਅਤੇ ਆਹ ਆ ਰਿਹਾ ਆਟਾ ਬਣ ਕੇ ਚਿੱਟਾ ਚਿੱਟਾ ਲਓ ਜੀ ਅਤੇ ਉਹ ਦੂਜੀ ਮਸ਼ੀਨ 'ਚ ਪਾਇਆ ਹੋਇਆ ਦੈੜ ਦੈੜ ਮਤਲਬ ਕਿ ਜਿਹੜੀ ਡੰਗਰਾਂ ਲਈ ਮੱਝਾਂ ਲਈ ਹੁੰਦਾ ਜੀ ਇਹ ਵੀ ਹੁੰਦੀ ਤਾਂ ਕਣਕ ਹੈ ਜੇ ਥੋੜ੍ਹਾ ਜਿਹਾ ਮੋਟਾ ਹੁੰਦਾ ਜੀ ਇਹ ਮੱਝਾਂ ਖਾਂਦੀਆਂ ਨੇ ਡੰਗਰ ਖਾਂਦੇ ਨੇ ਜੀ ਤੁਹਾਨੂੰ ਵੀਰੇ ਆਪਾਂ ਕੀ ਰੇਟ ਨੂੰ ਇਹੋ ਕਰਦੇ ਹਾਂ ਇਹ ਲਓ ਜੀ 2 ਰੁਪਏ ਕਿਲੋ ਮਤਲਬ ਜਿੰਨੀ ਕਣਕ ਆਈ ਜਾਂਦੀ ਹੈ ਆਹ ਥੈਲਾ ਆਉਂਦਾ ਇਹਨੂੰ ਇੱਥੇ ਇਹਦਾ ਕੰਡਾ ਕੀਤਾ ਜਾਂਦਾ ਜੀ ਵਜਨ ਤੋਲ ਕੇ ਇਹਦੇ ਉੱਤੇ ਮਾਰਕਰ ਦੇ ਨਾਲ ਲਿਖਿਆ ਜਾਂਦਾ ਵੀ ਕਿਹਦਾ ਹੈਗਾ ਔਰ ਸਾਰਾ ਰਿਕਾਰਡ ਰੱਖ ਕੇ ਉਹਨੂੰ ਪਰ ਕਿਲੋ 2 ਰੁਪਏ ਦੇ ਹਿਸਾਬ ਨਾਲ ਚਾਰਜ ਕੀਤਾ ਜਾਂਦਾ ਅਤੇ ਜਿੰਨੀ ਕਣਕ ਉਨਾ ਹੀ ਆਟਾ ਦਿੱਤਾ ਜਾਂਦਾ ਕੋਈ ਘੱਟਦਾ ਵੱਧਦਾ ਨਹੀਂ ਉਨਾ ਹੀ ਦਿੱਤਾ ਜਾਂਦਾ ਹੈ ਨਾ ਇੱਕ ਕੁਇੰਟਲ ਕਣਕ ਆਊਗੀ ਤਾਂ ਉਹਦੇ ਵਿੱਚੋਂ 3 ਕਿਲੋ ਕੱਟਿਆ ਜਾਂਦਾ ਜ਼ਿਆਦਾ ਨਹੀਂ ਬਾਕੀ 2 ਰੁਪਏ ਕਿਲੋ ਦੇ ਹਿਸਾਬ ਨਾਲ ਇਹਨੇ ਚਾਰਜ ਕੀਤਾ ਤੁਹਾਨੂੰ ਆਹ ਕਿਹੜਾ ਮੱਕੀ ਇਹ ਹਲਦੀ ਦੀ ਮਸ਼ੀਨ ਹੈ ਜੀ ਹਲਦੀ ਪਸਾਉਣੀ ਹੈ ਉਹ ਵੀ ਪਸਾ ਸਕਦੇ ਹਾਂ ਜੀ ਆਪਾਂ ਹਲਦੀ ਹੈ ਇੱਥੇ ਹਲਦੀ ਪੀਸ ਕੇ ਇੱਥੇ ਹਲਦੀ ਨਿਕਲ ਆਉਂਦੀ ਹੈ ਜੀ ਜਿਹੜੀ ਆਪਾਂ ਬਾਜ਼ਾਰੋਂ ਲੈਂਦੇ ਹਾਂ ਆਪਾਂ ਚਲੋ ਅਸਲ 'ਚ ਜਿਹੜੀ ਬਣਦੀ ਆ ਉਹ ਇਹਦੇ ਨਾਲ ਹੀ ਬਣਦੀ ਹੈ ਮਤਲਬ ਕਿ ਕਾਫੀ ਕੁਛ ਹੁੰਦਾ ਇਹਦੇ ਵਿੱਚ ਹਲਦੀ ਤਾਰਾ ਮੀਰਾ ਹਾਲਿਓ ਜਿਹੜੇ
ਮਤਲਬ ਮੱਝਾਂ ਨੂੰ ਵੀ ਪੈਂਦੀਆਂ ਜੋ ਚੀਜ਼ਾਂ ਉਹ ਵੀ ਇਹਦੇ ਵਿੱਚ ਵੇਚੀਆਂ ਜਾਂਦੀਆਂ। ਕੁੱਲ ਮਿਲਾ ਕੇ ਇਹ ਪਿੰਡਾਂ ਦੀ ਇਹ ਇੰਨੀ ਜ਼ਰੂਰੀ ਨੀਡ ਹੈ ਨਾ, ਇਹ ਇਸ ਤੋਂ ਬਿਨਾਂ ਪਿੰਡਾਂ ਦੇ ਵਿੱਚ ਕੰਮ ਨਹੀਂ ਚੱਲਦਾ ਜੀ। ਸ਼ਹਿਰਾਂ ਦੇ ਵਿੱਚ ਚੱਲ ਜਾਂਦਾ ਕਿਉਂਕਿ ਸ਼ਹਿਰਾਂ 'ਚ ਅੱਜ ਕੱਲ੍ਹ ਸਾਰੇ ਥੈਲੀਆਂ ਵਾਲਾ ਆਟਾ ਖਾਣਾ ਪਸੰਦ ਕਰਦੇ ਹਾਂ, ਪਰ ਪਿੰਡਾਂ ਦੇ ਵਿੱਚ ਜੋ ਪਸੰਦ ਹੁੰਦਾ ਬਸ ਇਹੀ ਹੈ ਵੀ ਕਣਕ ਹੁੰਦੀ ਹੈ ਸਾਰਿਆਂ ਕੋਲ ਆਪਣੀ, ਉਹਨੂੰ ਹੀ ਪਸਾਇਆ ਜਾਂਦਾ। ਦੇਖੋ ਜੀ ਸਾਰਾ ਪ੍ਰੋਸੈਸ ਇੱਦਾਂ ਹੀ ਚੱਲਦਾ। ਪੀਲੇ ਥੱਲੇ ਵਾਲੇ ਜੀ ਕਣਕ ਹੁਣ ਜਾਊਗੀ ਥੋੜ੍ਹੀ ਦੇਰ 'ਚ, ਇੱਧਰ ਜਿਹੜੀ ਕਣਕ ਸੀ ਤਕਰੀਬਨ ਖਤਮ ਹੋ ਗਈ ਆ, ਥੋੜ੍ਹੀ ਉਹ ਰਹਿ ਗਈ ਹੈ ਜੀ। ਅਤੇ ਇੱਧਰ ਆਟਾ ਬਣਦਾ ਪੂਰਾ ਗਰਮ ਗਰਮ ਆਟਾ, ਲਓ ਜੀ ਪੂਰਾ ਪਿਸਿਆ ਹੋਇਆ ਆਟਾ ਪੂਰਾ ਗਰਮ ਹੈ ਜੀ ਪੂਰਾ। ਇਹੀ ਸਾਰਾ ਪ੍ਰੋਸੈਸ ਹੁੰਦਾ ਜੀ ਚੱਕੀ ਦਾ। ਹੁਣ ਪਿੰਡਾਂ ਦੇ ਵਿੱਚ ਬਹੁਤ ਵਧੀਆ ਇਹੀ ਸਿਸਟਮ ਚੱਲਦਾ ਜੀ ਸਾਰਿਆਂ ਦਾ। ਹੁਣ ਅਸੀਂ ਵੀ ਆਟਾ ਜਦੋਂ ਬਾਹਰੋਂ ਕਦੇ ਨਹੀਂ ਲੈ ਕੇ ਆਈਦਾ, ਕਣਕ ਲਈ ਦੀ ਹੈ ਪਹਿਲਾਂ ਸਟੋਰ ਕਰੀ ਦੀ ਆ ਢੋਲ ਦੇ ਵਿੱਚ, ਜਿੰਨੀ ਵੀ ਪਸਾਉਣੀ ਹੁੰਦੀ ਆ ਕੋਲੀ ਕੱਢ ਕੇ ਮੀਤ ਧੋਂਦੀ ਆ ਉਹਨੂੰ ਫਿਰ ਸੁਕਾਉਂਦੀ ਆ, ਫਿਰ ਇੱਥੇ ਚੱਕੀ 'ਤੇ ਆਈ ਹੈ। ਚੱਕੀ 'ਤੇ ਆ ਕੇ ਫਿਰ ਇਹਨੂੰ ਆਟੇ ਦੇ ਵਿੱਚ ਕਨਵਰਟ ਕੀਤਾ ਜਾਂਦਾ, ਪੀਸਿਆ ਜਾਂਦਾ। ਲਓ ਜੀ ਆਹ ਕਣਕ ਹੈ, ਇੱਥੋਂ ਤੁਹਾਨੂੰ ਦਿਖਾਉਂਦੇ ਹਾਂ ਦਾਣਾ ਪਿਸਦਾ ਕਿਵੇਂ। ਹਾਂ ਦੇਖੋ ਜੀ ਆਹ ਸਾਰਾ ਪ੍ਰੋਸੈਸ ਹੈ ਦਾਣਾ ਪਿਸਣ ਲੱਗਿਆ ਹੋਇਆ ਸਰ। ਇਹੀ ਦਾਣਾ ਪਿਸਦਾ ਅਤੇ ਫਿਰ ਉਸ ਤੋਂ ਬਾਅਦ ਇਹ ਆਟਾ। ਆਹ ਦੇਖੋ ਜੀ ਦੇਖੋ ਜੀ ਪੂਰਾ ਪ੍ਰੋਸੈਸ ਦੇਖ ਲਓ। ਬਹੁਤ ਚਲਾਇਆ ਜੀ ਇੱਥੇ, ਇਹਦੀ ਹੱਥੀ ਪੈਂਦੀ ਆ ਵਧੀਆ ਹੱਥੀ ਇਹਦੀ, ਇਹਨੂੰ ਇੱਥੋਂ ਘੁਮਾ ਕੇ ਫਿਰ ਇੱਥੋਂ ਇਹਦੀ ਆਹ ਸਿੱਟੀ ਜਾਂਦੀ ਹੁੰਦੀ ਆ। ਹੁਣ ਜਾਮ ਹੋਇਆ ਪਿਆ ਆਹ ਦੇਖੋ, ਫਿਰ ਇਹ ਚੱਲਦਾ ਹੁੰਦਾ ਸੀ। ਡੀਜ਼ਲ ਪੈਂਦਾ ਜੀ ਇਹਦੇ ਵਿੱਚ, ਆਹ ਡੀਜ਼ਲ ਦੀ ਟੈਂਕੀ ਆ, ਇੰਜਣ ਹੁੰਦਾ ਜੀ ਜਿਹੜੀ। ਆਹ ਦੇਖ ਰਹੇ ਹੋ ਜੀ ਤੁਸੀਂ ਆਹ ਮਸ਼ੀਨ, ਇਹ ਹੈਗੀ ਹੈ ਜੀ ਜੀਰੀ ਕੱਢਣ ਵਾਲੀ, ਮਤਲਬ ਕਿ ਚੌਲ ਕੱਢਣ ਵਾਲੀ। ਜਦੋਂ ਜੀਰੀ ਆਉਂਦੀ ਹੈ ਇਹਦੇ ਵਿੱਚ ਤਾਂ ਉਹਨੂੰ ਉਹਦੇ ਛਿਲਕੇ ਨੂੰ, ਚਾਵਲ ਦੇ ਛਿਲਕੇ ਨੂੰ ਮਤਲਬ ਅਲੱਗ ਕੀਤਾ ਜਾਂਦਾ, ਉੱਥੇ ਚਾਵਲ ਕੱਢਿਆ ਜਾਂਦਾ। ਇੱਥੋਂ ਆਹ ਜਿਹੜਾ ਛਿਲਕਾ ਸਾਰਾ ਪਾਈਪ ਦੇ ਥਰੂ ਬਾਹਰ ਜਾਂਦਾ, ਬਾਹਰ ਸਟੋਰ ਕੀਤਾ ਹੋਇਆ ਛਿਲਕਾ, ਅਤੇ ਚਾਵਲ ਫਿਰ ਇੱਥੇ ਥੈਲੇ ਦੇ ਵਿੱਚ ਪਾ ਕੇ ਦਿੱਤਾ ਜਾਂਦਾ। ਅਤੇ ਕਣਕ ਦੇ ਪ੍ਰੋਸੈਸ ਤੋਂ ਬਾਅਦ ਇਹ ਵੀ ਚੱਲੂਗੀ ਮਸ਼ੀਨ, ਅਤੇ ਉਹ ਸੋਨੂੰ ਵੀਰਾ ਕਹਿ ਰਿਹਾ ਵੀ ਇੱਥੇ ਲਾਈਟ ਸ਼ਾਇਦ ਚੱਲ ਨਹੀਂ ਰਹੀ ਹੈਗੀ, ਫਿਊਜ ਵਗੈਰਾ ਉੜਿਆ ਹੋਇਆ, ਉਹ ਕਹਿੰਦਾ ਲਾਈਟ ਚੱਲ ਜਾਵੇ ਫਿਰ ਆਪਾਂ ਇਹਦੀ ਵੀਡੀਓ। ਹੈਗੀ ਹੈ ਜੀ ਟੋਕਾ ਕਰਨੇ ਵਾਲੀ ਮਸ਼ੀਨ, ਦੇਖੋ ਜੀ ਮਤਲਬ ਕਿ ਜਿਹੜੇ ਮੱਝਾਂ ਨੂੰ ਪੱਠੇ ਪਾਏ ਜਾਂਦੇ ਨੇ, ਆਹ ਬੈਠੀਆਂ ਨੇ ਮੱਝਾਂ ਆਪਣੀਆਂ, ਇੱਧਰੋਂ ਆ ਪੱਠੇ ਪਹਿਲਾਂ ਖੇਤਾਂ 'ਚ ਆਉਂਦੇ ਨੇ ਅਤੇ ਇਹਦੇ ਵਿੱਚ ਪਾ ਕੇ, ਅਤੇ ਹੁਣ ਤਾਂ ਚਲੋ ਮੋਟਰ ਲੱਗ ਗਈ, ਪਹਿਲਾਂ ਇਹਨੂੰ ਹੱਥ ਨਾਲ ਚਲਾਉਂਦੇ ਸੀ, ਅੱਜ ਵੀ ਹੱਥ ਨਾਲ ਚਲਾਉਂਦੇ ਨੇ, ਮਤਲਬ ਕਿ ਟੈਕਨੋਲੋਜੀ ਦੇ ਨਾਲ ਆਪਾਂ ਨੂੰ ਥੋੜ੍ਹਾ ਸਹੂਲਤ ਹੋ ਗਈ, ਤਾਂ ਆਪਾਂ ਚਾਹੁੰਦੇ ਹਾਂ ਵੀ ਆਪਾਂ ਨੂੰ ਬਹੁਤੀ ਮਿਹਨਤ ਨਾ ਕਰਨੀ ਪਵੇ, ਤਾਂ ਕਰਕੇ ਮੋਟਰ ਲਗਾਈ ਇਹਦੇ ਉੱਤੇ। ਨਹੀਂ ਤਾਂ ਇਹਨੂੰ ਹੱਥ ਨਾਲ ਘੁਮਾਇਆ ਜਾਂਦਾ ਸੀਗਾ, ਬਹੁਤ ਘੁਮਾਉਂਦੇ ਹਾਂ ਜੀ ਅਸੀਂ, ਪਹਿਲਾਂ ਬਹੁਤ ਘੁਮਾਉਂਦੇ ਹੁੰਦੇ ਸੀ ਛੋਟੇ ਹੁੰਦੇ, ਮੈਨੂੰ ਯਾਦ ਹੈ ਸਾਡੇ ਖੁਦ ਘਰੇ ਮੱਝਾਂ ਰੱਖੀਆਂ ਹੁੰਦੀਆਂ ਸੀ ਅਤੇ ਮਸ਼ੀਨ ਹੁੰਦੀ ਸੀ ਟੋਕਾ ਮਸ਼ੀਨ, ਤਾਂ ਬੜੀ ਚਲਾਈ ਹੈ ਜੀ, ਬੜਾ ਟੋਕਾ ਕੀਤਾ, ਮੈਂ ਕਹਿੰਦਾ ਸਵਾਦ ਆ ਜਾਂਦਾ ਸੀਗਾ। ਅੱਧਾ ਘੰਟਾ ਲਾ ਕੇ ਤੁਹਾਨੂੰ ਮਤਲਬ ਕਿ ਜਿੰਮ ਜਾਣ ਦੀ ਜ਼ਰੂਰਤ ਨਹੀਂ ਸੀਗੀ, ਇੰਨਾ ਜ਼ਿਆਦਾ ਇਹਦੇ ਵਿੱਚ ਤੁਹਾਡਾ ਜ਼ੋਰ ਲੱਗ ਜਾਂਦਾ। ਨਹੀਂ ਆਟੇ ਦੀ ਵੇਟ ਕਰ ਰਹੇ ਨੇ ਕਿਉਂਕਿ ਆਹ ਦੇਖੋ ਇਹਨਾਂ ਨੇ ਆਪਣੇ ਹੱਥ 'ਚ ਰੱਸੀ ਫੜ ਲਈ ਜਿਹੜੀ ਥੈਲੇ ਨੂੰ ਬੰਨ੍ਹ ਕੇ ਲੈ ਕੇ ਜਾਣੀ ਆ, ਵੇਟ ਕਰ ਰਿਹਾ ਵੀਰਾ ਮਤਲਬ ਵਜ਼ਨ ਕਰ ਰਿਹਾ ਆਟੇ ਦਾ। ਜਿੰਨੀ ਕਣਕ ਆਈ ਸੀ ਉਨਾ ਹੀ ਉਹਨਾਂ ਨੂੰ ਆਟਾ ਦਿੱਤਾ ਜਾਣਾ ਅਤੇ 2 ਰੁਪਏ ਕਿਲੋ ਦੇ ਹਿਸਾਬ ਨਾਲ ਚਾਰਜ ਕਰਦੇ ਹਾਂ ਜੀ ਆਪਾਂ, ਸੋਰੀ ਪ੍ਰੋਸੈਸ ਆ। ਹੈਗੀ ਹੈ ਜੀ ਡੈਡ, ਜਿਹਦੀ ਡੈਡ ਬਣ ਗਈ ਆ ਦੇਖੋ,
कणक भी मिक्स है, जौ भी मिक्स है, जीरे भी मिक्स है। इनू पीस के मतलब ये बैड बनी जो कि मतलब डंगर पाई जानी है, मझां गावान पाई जाती है जो वो भी कसाण आते हैं। एक थोनू होर खासियत दसदा चक्की तो आटा पिहाउण दी। हुण जिवें कणक है जी, कणक दे थ्रू आ के मतलब कणक नू पिस के आटा बनिया। मतलब इहदा फायदा इह है कि इह एक प्योर आटा है। जिवें हुण आपां बाजारों थैली लैंदे आ, उहदे विच की हुंदा चौलां दा आटा मिक्स ते मैदा वगैरह मिक्स हुंदा। आपां नू वाइट वाइट मतलब चिट्टी चिट्टी रोटी बहुत देखण नू वधिया लगदी है, पर असल जो सिर्फ कणक का आटा नहीं हुंदा, कुछ मिक्स हुंदा जिदा मैदा और चौलों का आटा। ये बिल्कुल ही मतलब प्योर अगर कणक है तो कणक का ही आटा होगा, और कुछ नहीं होगा। ये कोई पूरी कणक है जी, पूरी लो जी। आप हम कहने चौल आ गए जी, धान लो जी। आ देखो तीन चावल, यदा छिलका अलग करना, बस यही प्रोसैस हों। बस इन छिलका अलग करके अंदरों चावल चौल कट लेने ने। इन दो बार प्रोसैस के घुमाया जाऊगा, क्योंकि आ देखो तुम अजे पूरी तरह नहीं निकले, एक बार इनू फिर दोबारा घुमाया जाना। कढ़ने का तरीका ये एक बार होर घुमाया जाऊगा, उस बाद चावल जब निकल जाएंगे चौल तो उन्होंने आ मशीन के पॉलिश लिए किया जाऊगा। दो बार इनू प्रोसैस है चौल, मतलब कि दो बार इनू पॉलिश मतलब ये मशीन के प्रोसैस किया जाऊगा, जिन्हू पॉलिश होएगी चावल की, मतलब कि बिल्कुल ही वधिया एक साफ चावल थोड़ा निकलेगा। अज का ब्लॉग जिसे आप दिखाया भी चक्की का प्रोसैस सारा, आटा बनने का कणक तो चावल कितना बनता। होर नवे ब्लॉग लैके जल्दी आऊँगा, एक होर नव ब्लॉग इंट्रस्टिंग ब्लॉग लैके आ रहा जल्दी मैं। तो बाकी मेरे चैनल में सबसक्राइब करो, तो कमेंट जरूर करो ता कि मैं पता लगे भी मेरे कोई कमी जो भी है। ठीक है जी, मिलते हैं अगले ब्लॉग के।